ਪਠਾਨਕੋਟ ਏਅਰਬੇਸ ਤੇ ਹੋਏ ਦਹਿਸ਼ਤਗਰਦੀ ਹਮਲੇ ਦੇ ਬਾਅਦ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹਾ ਪਠਾਨਕੋਟ ਮੁੜ ਇੱਕ ਵਾਰ ਸੁਰਖੀਆਂ ਵਿੱਚ ਹੈ ਅਤੇ ਇਸ ਵਾਰ ਵਜ੍ਹਾ ਹੈ ਜ਼ਿਲ੍ਹੇ ਵਿੱਚ ਲਗਾਤਾਰ ਸ਼ੱਕੀ ਲੋਕ ਵੇਖੇ ਜਾਣਾ ਅਤੇ ਅਜਿਹੀ ਕੁਝ ਬੀਤੀ ਰਾਤ ਵੇਖਣ ਨੂੰ ਮਿਲਿਆ ਜ਼ਿਲ੍ਹਾ ਪਠਾਨਕੋਟ ਦੇ ਮੀਰਥਲ ਇਲਾਕੇ ਵਿੱਚ ਜਿੱਥੋਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 4 ਸ਼ੱਕੀ ਲੋਕ ਢਾਬੇ ਉੱਤੇ ਰੋਟੀ ਖਾਣ ਲਈ ਬੈਠੇ ਹਨ। ਇਸ ਦੇ ਚੱਲਦੇ ਜਦ ਪੁਲਿਸ ਕਾਰਵਾਈ ਕਰਦੇ ਹੋਏ ਉਕਤ ਢਾਬੇ ਤੇ ਪਹੁੰਚੀ ਤਾਂ ਆਰੋਪੀ 2 ਮੋਟਰਸਾਈਕਲ ਛੱਡ ਕੇ ਮੌਕੇ ਤੋਂ ਹੀ ਫਰਾਰ ਹੋ ਗਏ, ਜਿਸ ਦੇ ਚੱਲਦੇ ਜ਼ਿਲ੍ਹਾ ਪੁਲਿਸ ਵੱਲੋਂ ਚੱਕੀ ਦਰਿਆ ਦੇ ਨੇੜੇ ਸ਼ੱਕੀ ਲੋਕਾਂ ਦੀ ਭਾਲ ਦੇ ਵਾਸਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੇ ਚੱਲਦੇ ਜਦ ਨਿਊਜ਼ ਨੰਬਰ ਦੀ ਟੀਮ ਵੱਲੋਂ ਪਤਾਕਦਰਸ਼ੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਅੱਜ ਸਵੇਰੇ ਉਹ ਖੇਤ ਵਿੱਚ ਪਸ਼ੂਆਂ ਲਈ ਚਾਰਾ ਲੈਣ ਲਈ ਆਏ ਸਨ ਕਿ ਉਹਨਾਂ ਦਾ ਧਿਆਨ 3 ਅਣਪਛਾਤੇ ਲੋਕਾਂ ਤੇ ਪਿਆ, ਜਿਸ ਦੇ ਚੱਲਦੇ ਉਹਨਾਂ ਵੱਲੋਂ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ, ਜਿਸ ਦੇ ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਮੈਂ ਜੀ ਸਵੇਰੇ ਕਾਈ ਵੱਢਣ ਗਿਆ ਅਤੇ ਕਾਈ ਵੱਢੇ ਕੋਈ ਵੱਢ ਲਈ ਸੀ ਕਾਈ, ਅਤੇ ਮੈਂ ਬੁਲਾਰਾ ਸੁਣਿਆ ਅਤੇ 3 ਬੰਦਿਆਂ ਨੂੰ ਮੈਂ ਦੇਖੇ ਨਾ ਕਿ ਮਤਲਬ ਵੀ ਧੋਣਾ ਤੋਂ ਉੱਪਰ ਮੋਢੇ ਤੋਂ ਉੱਪਰ ਦੇਖਦੇ ਨੇ ਨੀਵੇਂ ਤੱਕ, ਹੋਰ ਬਾਕੀ ਹੈ ਵੀ ਉਹ ਅੱਗੇ ਨਹੀਂ ਚਲੇ ਗਏ ਨੇ। ਬਾਅਦ ਵਿੱਚ ਮੁਲਾਜ਼ਮ ਵੀ ਉੱਥੇ ਮੇਰੇ ਕੋਲ ਪਹੁੰਚੇ ਨੇ, ਦੋ ਪ੍ਰਾਈਵੇਟ ਬੰਦੇ। ਕੀ ਲੱਗਦਾ ਕਿਹੋ ਜਿਹੇ ਨੇ? ਨਹੀਂ ਲੰਬੇ ਲੰਬੇ ਨਾ, ਥੋੜ੍ਹੀ ਜਿਹੀ ਚਿਹਰੇ 'ਤੇ ਮਤਲਬ ਮੋਣੇ ਨੇ, ਲੰਬਾਈ 'ਚ ਵੀ ਠੀਕ ਨੇ। ਹੋ ਸਕਦਾ ਉੱਚੀ ਨੀਵੀਂ ਜਗ੍ਹਾ ਵੀ ਹੈਗੇ ਨੇ ਹੋਣਗੇ, ਮਤਲਬ ਥੋੜ੍ਹੇ ਬਹੁਤੇ ਜਿੱਦਾਂ ਕਹਿੰਦੇ ਵੀ 4 ਬੰਦੇ ਨੇ ਅਤੇ ਮੈਨੂੰ ਤਾਂ 3 ਦਿਖਾਈ ਦਿੱਤੇ ਆ। ਬੈਗ ਵਗੈਰਾ ਵੀ ਸੀ ਨਾਲ? ਨਹੀਂ, ਮੈਂ ਨਾ ਕੋਈ ਗੌਰਨਰ ਦੇਖਿਆ ਅਤੇ ਨਾ ਹੀ ਮੈਂ ਕਹਿ ਸਕਦਾ। ਦੂਜੇ ਪਾਸੇ ਇਸ ਘਟਨਾ ਦੇ ਚੱਲਦੇ ਜਦ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਇਲਾਕੇ ਵਿੱਚ ਕੁਝ ਸ਼ੱਕੀ ਲੋਕਾਂ ਦੇ ਮਿਲਣ ਦੀ ਸੂਚਨਾ ਮਿਲੀ ਸੀ, ਜਿਸ ਦੇ ਚੱਲਦੇ ਉਹਨਾਂ ਵੱਲੋਂ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ, ਪਰ ਫਿਲਹਾਲ ਕੁਝ ਵੀ ਨਹੀਂ ਮਿਲਿਆ ਹੈ। ਕੋਈ ਲੁਟੇਰੇ ਟਾਈਪ ਜਿਹੜੇ ਵਿਅਕਤੀ ਨੇ 3-4 ਕਈ, ਉਹ ਮੀਰਥਲ ਤੋਂ ਦਰਿਆ ਟੱਪ ਕੇ ਇਸ ਜੰਗਲ 'ਚ ਆਏ ਨੇ, ਅਤੇ ਉਸ ਦੇ ਸੰਬੰਧ ਵਿੱਚ ਵੀ ਅਸੀਂ ਅੱਜ ਇੱਥੇ ਸਰਚ ਕੀਤੀ ਹੈ ਸਾਰੇ, ਅਤੇ ਫੋਰੈਸਟ ਡਿਪਾਰਟਮੈਂਟ ਦੇ ਗਾਰਡ ਸਾਹਿਬ ਉਹ ਵੀ ਨਾਲ ਸੀਗੇ ਸਾਡੇ, ਅਤੇ ਜੰਗਲ ਕਾਫੀ ਘਣਾ ਆਇਆ ਅਤੇ ਕਾਫੀ ਗਹਿਰਾਈ ਨਾਲ ਸਰਚ ਕੀਤੀ ਗਈ ਹੈ, ਅਤੇ ਕੋਈ ਵੀ ਅਜੇ ਤੱਕ ਕੋਈ ਸ਼ੱਕੀ ਵਿਅਕਤੀ ਜਿਹੜਾ ਮਿਲਿਆ ਨਹੀਂ। ਅਤੇ ਇਹ ਕਿਹਦੇ 'ਤੇ ਸੀਗੇ, ਮੋਟਰਸਾਈਕਲ 'ਤੇ ਸੀਗੇ ਜਾਂ ਕਿੱਦਾਂ? ਇਹ ਪਤਾ ਲੱਗਾ ਸੀਗਾ ਵੀ ਉੱਧਰ ਮੋਟਰਸਾਈਕਲ 'ਤੇ ਸੀਗੇ, ਜਦੋਂ ਉੱਧਰੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਪੁਲਿਸ ਵੱਲੋਂ ਅਤੇ ਲੋਕਲ ਪਬਲਿਕ ਵੱਲੋਂ, ਅਤੇ ਆਪਣੇ ਮੋਟਰਸਾਈਕਲ ਵਗੈਰਾ ਉੱਥੇ ਸੁੱਟ ਗਏ ਇਹ ਦਰਿਆ ਸਾਈਡ ਨੂੰ।